ਮਿਲਾ ਓ ਲੋਗੋ ਅੱਲਾਹ ਲਾ ਇਲਾਹਾ ਇਲਾਹੁ ਵਲ ਹਯ੍ਯੁਲ ਕਯੂਮ ਪਹਿਲਾ ਨੂਰ ਲਾ ਤਾਖੁਜ਼ੁਹੁ ਸਿਨਤੁਨ ਵਲਾ ਨੌਮ ਕਿਤਨੇ ਨੂਰ ਲਹੂ ਮਾ ਫਿਸ ਸਮਾਵਾਤ ਵਲ ਅਰਜ਼ ਲਹੂ ਮਾ ਫਿਸ ਸਮਾਵਾਤ ਕਿਤਨੇ ਹੋ ਗਏ ਮਨ ਜ਼ਲਜ਼ੀ ਯਸ਼ਫਾਉ ਇੰਦਹੁ ਇਲਾ ਬਿਇਜ਼ਨਿ ਬਲਕਿ ਲਾ ਯੁਹੀਤੂਨ ਬਿਸ਼ਈਇਨ ਮਿਨ ਇਲਮਿਹਿ ਇਲਾ ਬਿਮਾ ਸ਼ਾਅ ਅੱਗਾ ਵਸਿਆ ਕੁਰਸੀਉਹੁ ਸਮਾਵਾਤ ਵਲ ਅਰਜ਼ ਅੱਗਾ ਵਲਾ ਯਊਦੁਹੁ ਹਿਫਜ਼ੁਹੁਮਾ ਅੱਗਾ ਵਹੁਵਲ ਅਲੀਉਲ ਅਜ਼ੀਮ ਇਹਦਾ ਨੂਰ ਤਕਸੀਮ ਕੀਤੇ ਮੁਹੰਮਦ ਪਾਕ ਨੇ ਲੋਕ ਤਾਂ ਦਿਨ ਇਹ 10 ਨੰਬਰੀਆ ਬਦਮਾਸ਼ ਹੁੰਦਾ ਹੈ ਅੱਲਾ ਆਦਾ ਹੈ 10 ਨੰਬਰੀਆ ਆਲਾ ਤੋਂ ਆਲਾ ਬੰਦਾ ਬਣਦਾ ਹੈ ਜੇ ਉਹ ਨੂਰ ਨੂੰ ਮੰਨੇ ਜਿਹੜਾ ਮੁਹੰਮਦ ਤਕਸੀਮ ਕੀਤਾ ਤੇ ਆਮ ਤੌਰ ਤੇ ਤੁਸੀਂ ਜਾਣਦੇ ਹੋ ਇਹ ਕੇਸ਼ਾ ਆਇਤ ਕੁਰਸੀ ਹੈ ਕੇਸ਼ਾ ਉਹ ਢੇਰ ਪੜ੍ਹੇ ਹੋਇਆ ਦਿਨ ਅਤਲ ਕੁਰਸੀ ਤੇ ਅਸਾਂ ਥੋੜੇ ਪੜ੍ਹਿਓ ਕੇ ਆਉਂਦੇ ਹਾਂ ਆਇਤ ਕੁਰਸੀ ਇਹ ਆਇਤ ਕੁਰਸੀ ਦੇ 10 ਨੂਰ ਨੇ ਕਿਤਨੇ ਨੇ ਸ਼ਾਬਾਸ਼ ਬੋਲੋ ਸ਼ਾਬਾਸ਼ ਬੋਲੋ ਉੱਤਾ ਕਰਾਂ ਮਤ ਸਮਝੋ ਸਾਨੂੰ ਬੈਠਾ ਦੇ ਕਿਤਨੇ ਨੇ ਸ਼ਾਬਾਸ਼ ਕਿਤਨੇ ਨੇ ਓਏ ਹੱਥ ਖੜੇ ਨਾ ਕਰੋ ਪੀਰਾਂ ਸੜਿਆ ਉਹ ਗੱਲ ਤਾਂ ਇਹ ਹੱਥ ਮੈਂ ਜੋ ਕੀਤੇ ਬੈਠਾ ਮੈਂ ਨੰਬਰ ਪਿਆ ਦੱਸੇ ਨਾ ਕਿਤਨੇ ਨੇ ਹਾਂ ਅੱਲਾਹ ਲਾ ਇਲਾਹ ਇਲਾਹ ਵਲ ਹਯੁਲ ਕਯੂਮ ਲਾ ਤਾਖੁਜ਼ੁਹੁ ਸਿਨਤੁਨ ਵਲਾ ਨੌਮ ਲਹੂ ਮਾ ਫਿਸ ਸਮਾਵਾਤਿ ਵਮਾ ਫਿਲ ਅਰਜ਼ ਅੱਗਾ ਮਨ ਜ਼ਲਜ਼ੀ ਯਸ਼ਫਉ ਇੰਦਹੁ ਇਲਾ ਬਿਇਜ਼ਨਿ ਅੱਗਾ ਯਅਲਮੁ ਮਾ ਬੈਨ ਅਯਦੀਹਿਮ ਵਮਾ ਖਲਫਹੁਮ ਅੱਗਾ ਵਲਾ ਯੁਹੀਤੂਨ ਬਿਸ਼ਈਇਨ ਮਿਨ ਇਲਮਿਹਿ ਇਲਾ ਬਿਮਾ ਸ਼ਾਅ ਅੱਗਾ ਵਸ ਯਕੁਰ ਸੀਉਹੁ ਸਮਾਵਾਤਿ ਵਲ ਅਰਜ਼ ਅੱਗਾ ਵਲਾ ਯਊਦੁਹੁ ਹਿਫਜ਼ੁਹੁਮਾ ਅੱਗਾ ਵਹੁ ਵਲ ਅਲੀਉਲ ਅਜ਼ੀਮ ਇਹ 10 ਸਟਾਪ ਹਨ 10 ਜੁਮਲੇ ਹਨ 10 ਨੂਰ ਹਨ ਤਵੱਜੋ ਹੈ ਤੇ 8 ਦਰਵਾਜ਼ੇ ਬਹਿਸ਼ਤ ਦੇ ਇੱਕ ਦਰਵਾਜ਼ਾ ਮੈਦਾਨ ਦੇ ਕਿਆਮਤ ਦਾ ਮੈਦਾਨ ਵਾਲਾ ਤੇ 10 ਦਰਵਾਜ਼ਾ ਅੱਲਾ ਦੇ ਦੀਦਾਰ ਵਾਲਾ
ਅੱਲਾ ਕਰੀਮ ਫਰਮਾਂਦਾ ਜਿਹੜੇ ਦਾਏ ਦਰਵਾਜ਼ਿਆਂ ਚੋਂ ਟੱਪ ਗਏ ਦਾ ਜੁਮਲੇ ਹਾਂ ਤੇ ਰੱਖ ਲੈ, ਉਹਦਾ ਆਖਰੀ ਨਤੀਜਾ ਦਾਵਾਂ ਇਹ ਨਿਕਲਣਾ ਹੈ। ਬਹਿਸ਼ਤ ਚ ਦਾਖਿਲ ਕਰਕੇ ਆਪਣਾ ਬੁਰਕਾ ਹਟਾ ਕੇ ਮੈਂ ਆਖਾਂ ਸੂਫੀ ਸਾਹਿਬਾ, ਚੌਧਰੀ ਸਾਹਿਬਾ, ਰਾਓ ਸਾਹਿਬਾ, ਕਹਿੰਦੀ ਧੀ ਭੈਣ ਸਾਹਿਬਾ, ਕਹਿੰਦਾ ਫਾਊ ਸਾਹਿਬਾ, ਕਹਿੰਦਾ ਮੌਲਵੀ ਸਾਹਿਬਾ, ਭਾਵੇਂ ਮੁਸੱਲੀਏ, ਭਾਵੇਂ ਚੂੜੇ ਚਮਾਰੇ, ਭਾਵੇਂ ਫੰਡ ਨੱਟ ਡੂਮੇ, ਭਾਵੇਂ ਛੋਟਾ ਤੇ ਭਾਵੇਂ ਵੱਡਾ, ਜਿਨ੍ਹਾਂ ਦੇ ਦਿਲ ਦੇ ਅੰਦਰ ਦਾ ਨੂਰ ਦੇ ਜੁਮਲੇ ਆ ਗਏ। ਆ ਫਾਜਿਆ ਬਹਿਸ਼ਤ ਚ ਮੈਂ ਕਨਾਤਾਂ ਲਵਾ ਛੋੜੀਆਂ, ਮੈਂ ਬੁਰਕਾ ਹਟਾਈਂਦਾ ਪਿਆ, ਰੱਜ ਰੱਜ ਕੇ ਵੇਖਣਾ ਤੇਰਾ ਕੰਮ ਤੇ ਮੂੰਹ ਵਿਖਾਵਣਾ ਮੇਰਾ ਕੰਮ। ਪੁੱਜਦਾ ਹੈ ਸੌਦਾ ਹਾਂ, ਨਵੀਂ ਮਾਈ ਤੇਰੀ ਮੇਰੀ ਧੀ ਭੈਣ ਪਰਨੀਕ ਆਵੇ ਤਾਂ ਅਗਲੇ ਗੋਂਡ ਲਾ ਵੀ ਦੇਣ ਕਿ ਨਹੀਂ ਬੋਲ ਹਾਂ। ਅੱਲਾ ਫਰਮਾਉਂਦਾ ਅੱਜ ਸ਼ਾਦੀ ਤੇਰੀ ਮੇਰੀ ਬਿੱਕੀ ਅੱਜ ਬਹਿਸ਼ਤ ਚ, ਗੋਂਡ ਲਾ ਵੀ ਦੇਵਣੀ ਤੋਂ ਆਈ ਤੇ ਉਲਟਾ ਮੈਂ ਆਪਣਾ ਮੂੰਹ ਪਿਆ ਵੀ ਖਾਈਨਾ ਤੈਨੂੰ, ਕਿਉਂ ਉਹਨਾਂ ਦੇ ਸਦਕੇ ਜਿਹੜੇ ਉਹ ਦਾ ਨੂਰ ਤੋਂ ਮੰਨ ਕੇ ਆਇਆ ਹੈ ਇੱਥੇ ਵਾਸਤੇ ਦਾਵਾਂ ਮਰਹੱਲਾ ਇਹੋ ਆਈਆ, ਅੱਜ ਤੈਨੂੰ ਉਹ ਤੋੜੀ ਵੀ ਖਾਈ ਸਾਂ ਜੋ ਤੂੰ ਆ ਪਾਕਸੇ ਅੱਲਾ, ਮੈਂ ਰੱਜ ਗਿਆ ਤੂੰ ਬਸ ਕਰ, ਉਹ ਵੇਖਣ ਵਾਲਿਆ ਤੂੰ ਤਾਂ ਰੱਜ ਵਈ ਸੇ, ਮੈਂ ਬੁਰਕਾ ਨਹੀਂ ਪਾਵਣਾ ਜੇ ਤੋੜੀ ਆਖਸੇ ਨੇ। ਕਈ ਸਮਝ ਆਉਂਦੀ ਪਈ ਹੈ? ਹਾਂ ਹੁਣ ਸ਼ੁਰੂ ਕਰੀਏ। ਅੱਲਾਹ ਲਾ ਇਲਾਹਾ, ਅੱਲਾ ਦੇ ਪਾਕ ਰਸੂਲ ਫਰਮਾਇੰਦੇ ਨੇ ਜਿਹੜਾ ਇਸੇ ਆਇਤ ਕੁਰਸੀ ਆਲਾ ਨੂਰ ਇਸ ਨੂੰ ਜਿਹੜਾ ਹਾਂ ਤੇ ਚ ਰੱਖੇ, ਤਵੱਜੋ ਕਰ, ਜਿਹੜਾ ਇਹਨੂੰ ਹਾਂ ਤੇ ਚ ਰੱਖੇ ਆਇਤ ਕੁਰਸੀ ਖਲੋ ਕੇ ਉਹਦੇ ਰਾਤ ਘਰ ਚ ਪਹਿਰਾ ਦਿੰਦੀ ਏ, ਉਹਦੀ ਜਾਨ ਤੇ ਪਹਿਰਾ ਦਿੰਦੀ ਏ। ਅੱਲਾ ਦੇ ਰਸੂਲ ਕਸਮ ਚਾ ਕੇ ਆਦੇ ਐਨ, ਇਹਦੇ ਵਿੱਚ ਦਾ ਕਮਾਲ ਅੱਲਾ ਕਰੀਮ ਦੇਣ ਨੇ, ਕਮਾਲ ਕਮਾਲਦਾਰੀ, ਬਖਤ ਇਕਬਾਲਦਾਰੀ, ਪਾਇੰਦਾ ਕੁਵਤਦਾਰੀ, ਬਾਦਸ਼ਾਹਦਾਰੀ, ਇਮਾਮਤਦਾਰੀ, ਇਨਾਮਤਦਾਰੀ, ਕੁਵਤ ਸ਼ੌਕਤਦਾਰੀ, ਬਾ ਕਮਾਲਦਾਰੀ ਤੇ ਪਾਇੰਦਾ ਬਾਦਸ਼ਾਹਦਾਰੀ, ਬਾਰੇ ਕਾਮਿਲ ਇਕਤਦਾਰਦਾਰੀ। ਇਹ ਦਾ ਕਮਾਲ ਅੱਲਾ ਕਰੀਮ ਨੇ ਇਸਨੇ ਦਾ ਜੁਮਲਿਆਂ ਦੇ ਅੰਦਰ ਪੇਸ਼ ਕੀਤੇ ਨੇ, ਜਿਹੜਾ ਦਾ ਕਮਾਲਾਂ ਵਾਲੀ ਆਇਤ ਕੁਰਸੀ ਨੂੰ ਹਾਂ ਤੇ ਚ ਰੱਖੇ ਉਹਨੂੰ ਕਹਿ ਵਜ਼ੀ ਦੀ ਜ਼ਰੂਰਤ ਨਹੀਂ, ਕਹਿ ਤਵੀਰ ਦੀ ਜ਼ਰੂਰਤ ਨਹੀਂ, ਕਹਿ ਪੀਰ ਦੇ ਫੂਕਿਆਂ ਤੇ ਥੂਕਾਂ ਦੀ। ਉਹ ਕਿਹਦੇ ਵਜਣਾ? ਅੱਛਾ ਬੰਦ ਹੱਥ ਧਿਆਨ ਕਰਿਆ, ਬਖਸ਼ਿਸ਼ ਆਈ ਖਾਲੀ ਨੇ ਨੇੜੇ। ਜਿਹੜਾ ਬੰਦਾ ਇਹਨਾਂ ਦਹਾਂ ਜੁਮਲਿਆਂ ਵਾਲੇ, ਦਹਾਂ ਕਮਾਲਾਂ ਵਾਲੇ ਅੱਲਾ ਦੇ ਕਮਾਲਾਂ ਨੂੰ ਹਾਂ ਤੇ ਚ ਰੱਖੇ, ਉਹਨੂੰ ਤਵੀਜ਼ਾਂ ਦੇ ਭੱਜਣ ਦੀ ਜ਼ਰੂਰਤ ਨਹੀਂ, ਉਹਨੂੰ ਜਾਨ ਤੇ ਮਾਲ ਜਾਇਦਾਦ ਵਾਸਤੇ ਕੂਜੀਆਂ ਬਾਬੇ ਖਮਕੋਲ ਦੇ ਨਾਂ ਦੀਆਂ ਪੀਵਣ ਦੀ ਜ਼ਰੂਰਤ ਨਹੀਂ। ਸਮਝੇਂਦਾ ਬਈ ਸਾਂ? ਹਾਂ ਇਮਾਨ ਨਾਲ ਦੱਸ, ਆਉਂਦੀ ਪਈ ਹੈ ਸਮਝ? ਚੱਸ ਆਉਂਦੀ ਪਈ ਹੈ ਕਿ ਨਹੀਂ? ਹੈ ਤੇਰੀ ਅੱਲਾ ਅੱਲਾ, ਮੁਹੰਮਦ ਦਾ ਨੂਰ ਤਕਸੀਮ ਹੋਇਆ ਭਲਾ ਕਿਹੜਾ ਹੀ ਉਹ ਜਿਹਾ ਸੂਰ ਜਿਹੜਾ ਆਖੇ ਮੈਨੂੰ ਮੁਹੰਮਦ ਦੀ ਜ਼ਰੂਰਤ ਨਹੀਂ। ਅੱਲਾਹ ਅੱਲਾ, ਤਵੱਜੋ ਕਰ, ਇਹਨਾਂ ਬਾਂਗਾ ਸ਼ਾਂਗਾ ਤੇਰੇ ਨਾ ਵੇਖਿਆ ਹਾਲੇ ਹੁਣ ਸ਼ੁਰੂ ਕੀਤੀ ਬੈਠੇ ਆ। ਅੱਲਾ, ਜਿਹੜਾ ਬੰਦਾ ਇਹਨਾਂ ਦਾ ਕਮਾਲਾਂ ਨੂੰ
ਅੱਲਾ ਕਰੀਮ ਦੇ ਦਹਾਂ ਔਸਾਤ ਵਾਲਿਆਂ ਨੂਰਾਂ ਨੂੰ ਹਾਂ ਵਿੱਚ ਚਾ ਰੱਖੇ। ਸੱਤਾ ਬਦਸ਼ਾਹੀਆਂ ਦੇ ਖਜ਼ਾਨਿਆਂ ਦੇ ਕੋਠਿਆਂ ਦੇ ਦਰਵਾਜ਼ੇ ਖੁੱਲ੍ਹੇ ਛੋੜ ਕੇ ਰੇਤ ਦੇ ਟਿੱਬਿਆਂ 'ਤੇ ਵੰਜ ਕੇ ਬਿਸ਼ੱਕ ਸੰ ਪਵੇ। ਉਹ ਮੀਆਂ ਸਾਰੀ ਕਾਇਨਾਤ ਦੇ ਦੁਸ਼ਮਣ ਇਕੱਠੇ ਹੋ ਵੰਜਣ, ਉਹ ਤੂੰ ਉਹਨਾਂ ਨੂੰ ਚੈਲੰਜ ਦੇ ਦੇਵੇ, ਮੇਰਾ ਇੱਕ ਵਾਲ ਵੀ ਵਿੰਗਾ ਕਰ ਲਓ। ਅੱਲਾ ਫਰਮਾਉਂਦਾ ਹੈ ਇਹ ਨੂਰ ਵਾਲੇ ਜੁਮਲੇ ਮੈਨੂੰ ਅਣ ਡਿੱਠੇ ਅੱਲਾ ਪਾਕ ਹੋਵਣ ਦੀ ਕਸਮ ਹੈ, ਖੁਦਾ ਪਾਕ ਜਲਾਲ ਜ਼ੁਲ ਜਲਾਲ ਵਾਲੇ ਕਰਾਮ ਹੋਵਣ ਦੀ ਕਸਮ ਹੈ। ਸਾਰੀ ਰਾਤ ਹੱਥ ਬੰਨ ਕੇ ਪਿਆ ਰਹੇ ਤੇ ਆਪ ਆਇਤ ਕੁਰਸੀ ਉੱਤੇ ਪਹਾਰਾ ਦਿੰਦੀ ਰਸੀ। ਚੋਰ ਆਸੀ ਤਾਂ ਅੰਨਾ ਹੋ ਕੇ ਵਈ ਸੀ, ਡਾਕੂ ਆਸੀ ਤਾਂ ਛਿਰ ਕੇ ਕੁੱਤੇ ਤਰ੍ਹਾਂ ਛਿੱਤਾ ਹੋ ਕੇ ਵਈ ਸੀ। ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਵਾਲ ਜਿਤਣਾ ਨੁਕਸਾਨ ਵੀ ਕਰਕੇ ਵੰਜੇ, ਪਰ ਸ਼ਰਤ ਇਹ ਹੈ ਕਿ ਇਹਨਾਂ ਦਹਾਂ ਜੁਮਲਿਆਂ ਨਾਲ ਕੁਰਾਨ ਦਾ ਜਿਹੜਾ ਨੂਰ ਹੈ ਹਮੇਸ਼ਾ ਕਾਨੂੰਨ ਹੈ ਕਿ ਮੀਆਂ ਦੀਵਾ ਬੁੱਝ ਵੰਜੇ ਤਾਂ ਚੂਹੇ ਖੁੱਡਾਂ ਚੋਂ ਨਿਕਲਦੇ। ਇੰਜੇ ਨਾ ਬੋਲੋ, ਉਹ ਬੋਲੋ ਬੁੱਠੜੇ, ਜਿਹੜੇ ਲੇਡੀ ਵਾ ਬੁੱਝ ਵੰਜੇ ਤਾਂ ਚੂਹੇ, ਪਹਿਰੇਦਾਰ ਜਿਹੜਾ ਖਲੋਵੇ ਜੇ ਉਹ ਖਲਾਵਣ ਲੱਗ ਵੰਜੇ ਤਾਂ ਚੋਰ ਤੇ ਡਾਕੂ ਤਾਂ ਆਂਦੇ ਨੂੰ। ਤੇ ਜਿੱਥੇ ਦੀਵਾ ਬਲਦਾ ਪਿਆ ਹੋਵੇ, ਜਿੱਥੇ ਚਾਰ ਚਫੇਰ ਰੋਸ਼ਨੀ ਹੋਵੇ, ਜਿੱਥੇ ਪਹਿਰੇਦਾਰ ਜਾਗਦੇ ਪਏ ਹੋਵੇ, ਉੱਥੇ ਚੋਰ ਤੇ ਡਾਕੂ ਚੱਕੇ ਨਹੀਂ ਜਾਂਦੇ। ਅੱਲਾ ਫਰਮਾਉਂਦਾ ਹੈ ਤੂੰ ਸੰ ਪਵੇਂ ਮਗਰ ਮੇਰੀ ਆਇਤ ਕੁਰਸੀ ਜਾਗਦੀ ਰਸੀ। ਇਹ ਨੂਰ ਤੇ ਚਮਕਾਰ ਹਰ ਪਾਸੇ ਰਸਨ ਪਏ, ਖੁੱਡਾਂ ਚੋਂ ਚੂਹਾ ਕੋਈ ਨਿਕਲ ਸੀ ਨਹੀਂ, ਤੇਰੀ ਜਾਨ ਤੇ ਮਾਲ ਦਾ ਵੈਰੀ ਕਦੇ ਆਸੇ ਵੀ ਨਹੀਂ। ਪਰ ਰਾਏ ਗੱਲ ਇਸੇ ਗੱਲ ਦੇ ਉੱਤੇ ਕਿ ਜਿਹੜੇ ਸਬਕ ਨੀਨਾ ਦਹਾਂ ਪਲਾਵਾਂ ਦੇ ਅੰਦਰ ਉਹਨਾਂ ਨੂੰ ਹੱਥ ਚ ਰੱਖੇ, ਵਹਿੰਦੇ ਹੋਏ ਚੋਰ ਨੂੰ ਜੇ ਮੈਂ ਫਤਾ ਨਾ ਦੇਵਾਂ, ਅੰਨਾ ਨਾ ਕਰ ਦੇਵਾਂ, ਡਾਕੂ ਨੂੰ ਛਿੱਤੇ ਕੁੱਤੇ ਤਰ੍ਹਾਂ ਨਾ ਕਰ ਦੇਵਾਂ ਤਾਂ ਮੁਹੰਮਦ ਦਾ ਖੁਦਾ ਵੀ ਨਹੀਂ। ਵਤੈਨੂੰ ਮੈਨੂੰ ਜ਼ਰੂਰਤ ਪਵਿਆ ਸਮਝ ਲੱਗਿਆ ਤਾਂ ਹੇ ਯਾਰੀਆਂ ਲਿਆ ਧਿਆਨ ਕਰੇ ਮੈਂ ਅੱਖ ਨੂੰ ਟੇਂਦਾ ਪਿਆ। ਇਦੇ ਯਾਰੀਆਂ ਵਾਲੇ ਦਾ ਕਿਹਾ ਵਾਸਤਾ ਜਿਹੜਾ ਸ਼ਾਰਕ ਤੂੰ ਨੇੜੇ ਖਲਾ ਬੜਵੀ ਦਿਆ ਉਦੋਂ ਤੋਂ ਇਤਬਾਰ ਹੀ ਕੋਈ। ਇਹ ਵਜ੍ਹਾ ਹੀ ਹੈ ਕਿ ਕੁਰਾਨ ਦੇ ਨੂਰ ਕੋਲੋਂ ਮਹਿਰੂਮ ਆਇਆ ਸਾ ਤੇ ਤੁਸਾਂ, ਵਰਨਾ ਅੱਲਾ ਫਰਮਾਉਂਦਾ ਹਾਂ ਹਜ਼ਰਤ ਅਬੂ ਹੁਰੈਰਾ ਨੂੰ ਆਖਿਆ ਨਬੀ ਪਾਕ। ਤਵੱਜੋ ਹੈ, ਇਹ ਦੋ ਚਾਰ ਮਿੰਟ ਤਵੱਜੋ ਕਰੋ। ਨਬੀ ਅਲੈ ਸਲਾਤ ਅਬੂ ਹੁਰੈਰਾ ਨੂੰ ਆਖਿਆ ਇਹ ਜਿਹੜਾ ਬੈਤੁਲ ਮਾਲ ਵਾਲਾ ਕੋਠੜਾ ਹੈ ਨਾ ਇਹਦੇ ਵਿੱਚ ਰਾਤੀ ਫੇਰਾ ਮਾਰਿਆ ਚੱਕਰ। ਕਿਉਂ? ਅੱਲਾ ਪਾਕ ਜੇ ਹਰਕਤ ਦੇ ਵਿੱਚ ਬਰਕਤ ਪੈਂਦਾ ਹੈ ਕਰੇਂਦਾ ਤਾਂ ਸਭ ਕੁਝ ਹੋਏ, ਉਹਦਾ ਨੂਰ ਖਲੋਤਾ ਤਾਂ ਹੈ ਪਹਾੜੇ ਦੇ ਉੱਤੇ, ਪਰ ਬੰਦਾ ਅਸਬਾਬ ਨੂੰ ਉੱਕਾ ਛੋੜ ਨਾ ਦੇਵੇ, ਹੱਥ ਬੰਨ ਕੇ ਪਿਆ ਨਾ ਰਹੇ। ਅੱਲਾ ਜੋ ਹੱਥ ਪੈਰ ਦਿੱਤੇ ਤਾਂ ਚਲੋ ਇਹ ਟੁਰਦਾ ਹੀ ਗਿਆ ਤੇ ਟੁਰਦਾ ਹੀ ਆਇਆ, ਫੇਰਾ ਮਾਰਿਆ ਚਾ। ਅੱਲਾ ਪਾਕ ਇਹ ਨਾ ਆਖੇ ਨਾ ਜੋ ਮੈਂ ਇਹਨਾਂ ਦੇ ਹੱਥ ਪੈਰ ਜੋ ਦਿੱਤੇ ਆਣ ਤੇ ਇਹਨਾਂ ਛੁੜਵਾ ਕੇ ਹੋ ਗਏ, ਮੁੱਠੂ ਹਲੈਂਦੇ ਹੀ ਨਹੀਂ। ਉਹ ਇੱਕ ਮਜ਼ਹਬ ਇਹੋ ਜਿਹਾ ਹੈ ਨਾ ਜਿਹੜੇ ਹੱਥ ਪੈਰ ਹਲੈਂਦੇ ਤੇ ਉਹ ਕਿਹਾ ਤੇ ਅੱਲਾ ਏਡਾ ਕਾਦਰ ਹੈ ਜੋ ਅੰਜ ਹੱਥ ਬੰਨ ਕੇ ਬੈਠੇ ਰਵਾਂ ਆਪ ਮੂੰਹ ਵਿੱਚ ਘਤੇਂਦਾ ਹੈ, ਜੇ ਉਹ ਆਪ ਮੂੰਹ ਨਾ ਘਤੇ ਤਾਂ ਅਸਾਂ ਹੱਥ ਹਲਾਵਣਾ। ਇਹ ਆਪੂ ਜਾਣ ਤਾਂ ਇਹ ਵੱਡੇ ਉੱਚੇ ਮੁਵਹਿਦ ਬਣਦੇ ਨੇ,
ਮਗਰ ਆਪੂ ਜਾਣ ਦੇ ਇਲਾਵਾ ਅੱਲਾ ਦੇ ਕਾਗਜ਼ਾਂ 'ਚ ਇਹਨਾਂ ਦੇ ਨਾਲ ਦਾ ਕਾਫਿਰ ਜਹਾਨ 'ਚ ਕੋਈ ਨਹੀਂ। ਕਿਉਂ ਜੋ ਅੱਲਾ ਫਰਮਾਉਂਦਾ ਮੈਂ ਜੋ ਹੱਥ ਪੈਰ ਬਣਾਇਆ ਨੇ ਕਮਲਿਆ ਤਾਂ ਤੇਰੇ ਹਲਾਉਣ ਜੁਲਾਉਣ ਵਾਸਤੇ ਬਣਾਇਆ, ਹਲਾਵਣਾ ਤੇਰਾ ਕੰਮ ਹੈ ਅਤੇ ਝੋਲੀ ਭਰ ਕੇ ਦੇਵਣਾ ਮੇਰਾ ਕੰਮ ਹੈ। ਹਰਕਤ ਬੰਦਾ ਤਾਂ ਜ਼ਰੂਰ ਕਰੇ ਨਾ। ਉਹੀਏ ਤਰ੍ਹਾਂ ਸ਼ਾਹ ਅਬਦੁਲ ਅਜ਼ੀਜ਼ ਮੁਹੱਦਿਸ ਦਿਲ ਵੀ ਇੱਕ ਵਾਰੀ ਵਜਦਾ ਪਿਆ ਅਤੇ ਉਹ ਸੜਕ ਦੇ ਨਾਲ ਇੱਕ ਬੇਰ ਆਈ ਅਤੇ ਬੇਰ ਦੇ ਥੱਲੇ ਦੋ ਇਸੇ ਮਜ਼ਹਬ ਵਾਲੇ ਸੁੱਤੇ ਪਏ ਹਨ, ਉਤਾਣੇ ਲੇਟੇ ਪਏ ਹਨ। ਉਹ ਜਿਹੜੇ ਆ ਦਿਨ ਹੱਥ ਪੈਰ ਹੀ ਬੰਨ ਛੁੜੀ ਵੇ ਤਾਂ ਆਪਣੇ ਆਪ ਵਿੱਚ ਉਹ ਕਿਹਦੇ ਵਈ ਨਾ ਰਮਜ਼ਾਨ ਨਾ ਮੁਰਾਦ ਆ। ਹਾਂ ਅੱਛਾ ਨੇੜੇ ਆਵੇ ਠੀਕ, ਤਵੱਜੋ ਏ ਉਹ ਤਵੱਜੋ ਕਹੀ ਨੇ ਕਰੋ ਤਵੱਜੋ। ਉਹ ਅਬਦੁਲ ਸ਼ਾਹ ਅਬਦੁਲ ਅਜ਼ੀਜ਼ ਘੋੜੇ ਤੇ ਵਹਿੰਦਾ ਪਿਆ ਤੇ ਹੇਕ ਉਹਨਾਂ ਦੇ ਵਿੱਚੋਂ ਜਿਹੜਾ ਪਿਆ ਨਾ ਉਸ ਇੰਜ ਕਰਕੇ ਆਖਿਆ ਸ਼ਾਹ ਅਬਦੁਲ ਅਜ਼ੀਜ਼ ਆਖਿਆ ਸ਼ੋਦਾ ਕਿਦਾ ਜੇ ਕਰਿਆ ਪਿਆ ਬਈ ਜਿਹੜਾ ਉੱਠ ਹੀ ਨਹੀਂ ਸਕਦਾ ਤੇ ਹੱਥ ਇੰਜ ਪਿਆ ਕਰੇ ਤਾਂ। ਉਹਨੇ ਤਾਂ ਘੋੜਾ ਉਹਦਾ ਹੀ ਚਪਰਤਿਆ ਜੇ ਨੇੜੇ ਆਇਆ ਤੇ ਪੁੱਛਣ ਲੱਗੇ ਕਿ ਗੱਲ ਹੈ, ਉਹ ਆਖਣ ਲੱਗਾ ਐ ਮੇਰੇ ਸੀਨੇ ਤੇ ਬੇਰ ਪਿਆ ਹੀ ਡੱਠਾ ਫੁੱਗੂਰ ਘੋੜੇ ਤੂੰ ਲਾਇਆ ਤੇ ਚਾਹ ਤੇ ਮੇਰੇ ਵੀ ਖੁਦਾ ਦਾ। ਉਹਨਾਂ ਆਖਿਆ ਉਹ ਨਾ ਮੁਰਾਦ ਵਲੈਦ ਦੇ ਕੰਜਰ ਇਹ ਜੋ ਤੇਰੇ ਸੀਨੇ ਦੇ ਉੱਤੇ ਪਿਆ ਹੈ ਉਸ ਆਖਿਆ ਤਾਂ ਸਾਡਾ ਮਜ਼ਹਬ ਹੀ ਹੋ ਜਿਹਾ ਹੈ। ਤੇ ਸ਼ਾਹ ਅਬਦੁਲ ਅਜ਼ੀਜ਼ ਆਖਿਆ ਤੇ ਜਿਹੜਾ ਇਹ ਨਾਲ ਸੂਰ ਦਾ ਸੂਰ ਪਿਆ ਹੈ ਇਹੋ ਤੇ ਚਾਹ ਕੇ ਤੇ ਇਸੇ ਨੂੰ ਚਾਹ ਆਖੇ ਹਾਂ ਤੇ ਉਹ ਬੋਲਿਆ ਆਖਦਾ ਉਸ ਆਖਿਆ ਲਾ ਮੈਂ ਕਿਉਂ ਕਰਾਂ, ਕੱਲ ਮੇਰੇ ਮੂੰਹ ਵਿੱਚ ਕੁੱਤਾ ਪਿਸ਼ਾਬ ਕਰਦਾ ਰਹੇ ਇਸ ਨਹੀਂ ਫਜਾਇਆ ਤੇ ਮੈਂ ਬੇਰ ਜਾ ਕੇ ਬੋਹ ਦਿੱਤਾ। ਇਹ ਜ ਮੁਵਾਹਦੀ ਨਾ ਬਣਿਆ ਆਇਆ ਜੋ ਹੱਥ ਬੰਨ ਕੇ ਬੈਠੇ ਰਹੋ ਤੇ ਖੁਦਾ ਦੇ ਤਜਰਬੇ ਕਰਨ ਲੱਗ ਪੈਂਦੇ। ਇਹੋ ਜਿਹਾ ਦੇ ਮੂੰਹ ਵਿੱਚ ਮੁੜ ਕੁੱਤੇ ਮੂੰਹ ਤਿਰ ਕੇ ਬੈਠਦੇ ਰਹਿੰਦੇ ਨਹੀਂ, ਹੱਥ ਪੈਰ ਹਲਾ ਹੱਥ ਕਾਰ ਵੱਲ ਤੇ ਦਿਲ ਇਹ ਸਵਾਦ। ਹਜ਼ਰਤ ਅਬੂ ਹੁਰੈਰਾ ਨੂੰ ਨਬੀ ਕਰੀਮ ਫਰਮਾਇਆ ਮੁੜ ਜ਼ਰਾ ਫੇਰੜਾ ਮਾਰਿਆ ਕਿਆ ਕਰੇ ਤੂੰ, ਜੇ ਵੰਨੇ ਅਬੂ ਹੁਰੈਰਾ ਤਾਂ ਬੈਤੁਲ ਮਾਲ ਵਾਲਾ ਜੁੱਗਾ ਜਿਹੜਾ ਉਹਨੂੰ ਤਾਲਾ ਹੀ ਲੱਗਾ ਹੋਇਆ ਤੇ ਅੰਦਰ ਬੈਠਾ ਇੱਕ ਬੰਦਾ ਬੁੱਢੜ ਜਿਹਾ ਅਧੇੜ ਉਮਰ ਦਾ ਤੇ ਗੱਠੜੀ ਬੰਨ ਕੇ ਬੈਤੁਲ ਮਾਲ ਦੇ ਮਾਲ ਦੀ ਤੇ ਹੁਣ ਸਿਰ ਤੇ ਚਾਹੂ ਆਈ। ਉਹਨਾਂ ਆਖਿਆ ਹੈ ਤਾਲਾ ਹੀ ਕੋਈ ਨੀ ਖੁੱਲਾ ਹੋਇਆ ਦਰਵਾਜ਼ਾ ਹੀ ਦਿੱਤਾ ਪਿਆ ਤੇ ਇਹ ਕੰਜੂਰ ਕਿਦੂ ਆਇਆ। ਅੰਦਰ ਵੜ ਕੇ ਉਹਨਾਂ ਤਾਂ ਸੱਗੀ ਤੇ ਨਹੁੰ ਰੱਖਿਆ ਤੇ ਨਿਕਲੀ ਉਸ ਚੀਕ। ਉਹਨਾਂ ਆਖਿਆ ਤੇਰੀ ਐਸੀ ਤਸੀ ਕੀਤੀ ਕੌਣ ਉਹਨਾਂ ਤੇ ਤੁੱਕੇ। ਉਸ ਆਖਿਆ ਬਾਈ ਮਿਹਰਬਾਨੀ ਕਰ ਤੇ ਮੈਂ ਅੱਗਾਂ ਤੇ ਬਿਲਕੁਲ ਕਤਨ ਕੋਈ ਨਾ, ਉਸ ਸਬਤ ਗਲਤੀ ਹੋ ਗਈ ਤੇ ਮੈਂ ਆ ਗਿਆ। ਇਹ ਮੁੜ ਅਬੂ ਹੁਰੈਰਾ ਨੂੰ ਉਦੋਂ ਲਾਇਆ ਆਉਂਦਾ ਤੇ ਇਸੇ ਆਈਏ ਤੇ ਕੁਰਸੀ ਲਾਇਆ ਆਉਂਦਾ ਨਾ ਬਈ ਆ ਤੇ ਅੱਖੀ ਨਾਲ ਵੇਖ ਲੈ ਤੇ ਤਜਰਬਾ ਕਰ ਲੈ ਬਈ ਕਿਵੇਂ ਕਰਕੇ ਸਹੀ ਹਿਫਾਜ਼ਤ ਕਰੇ ਨੇ ਆਏ ਦੇ ਨਾਲ। ਉਹ ਸਾਖਿਆ ਅਬੂ ਹੁਰੈਰਾ ਆਖਿਆ ਮੈਂ ਤੈਨੂੰ ਅੱਜ ਖੀਲ ਕੇ ਲੈ ਬੈਸਾ ਮੁਹੰਮਦ ਪਾਕ ਦੇ ਕੋਲ। ਪਲੀਤ ਦਾ ਬੱਚਾ ਤੋਂ ਕਿਹ ਸਮਝਿਆ, ਸੋਚ ਸਮਝੀ ਹੋਈ ਹੈ, ਉਜੜੀ ਵਾੜੀ ਸਮਝੀ ਹੈ। ਉਹ ਸਾਖਿਆ ਮੈਨੂੰ ਮੂੰਹ ਛੋੜ ਦੇ ਤੇ ਮੈਂ ਅੱਗਾ ਤੇ ਕੋਈ ਨਾ ਸਾਂ ਤੇ ਮੈਨੂੰ ਕਸਮ ਲੈ ਲਾ ਜਿਹੜੀ ਵੱਡੀ ਕਸਮ ਲਵਣੀ ਹੈ ਉਹਦੀ ਲੈ ਲੈ ਤੇ ਮੈਨੂੰ ਛੋੜ ਦੇ, ਬਸ ਮੈਂ ਗਲਤੀ ਕੀਤੀ ਹੈ। ਦੂਈ ਰਾਤੀ ਵਤੀ ਆਪਣੇ ਤੌਰ ਉੱਤੇ ਹਜ਼ਰਤ ਸਾਹਿਬ ਉਹਨੂੰ ਤਾਂ ਛੋੜ ਦਿੱਤਾ ਨਾ, ਦੂਈ ਰਾਤੀ ਵੰਨੇ ਤਾਂ ਉਹ ਚਾ ਕੇ ਗੱਠੜੀ ਤੇ ਦਰਵਾਜ਼ੇ ਚੋਂ ਬਾਹਰ ਨਿਕਲਦਾ ਪਿਆ। ਉਹਨਾਂ ਫਾਤ ਲਿਆ, ਫਾਤ ਕੇ ਉਹਨਾਂ ਹੇਕ ਇੱਧੋ ਰੱਖੀ ਤੇ ਹੇਕ ਇੱਧੋ ਰੱਖੀ ਤੇ ਇੱਧੋ ਰੱਖੇ ਤਾਂ ਮੂੰਹ ਇੱਧੇ ਫਿਰ ਵੰਜੋ ਤੇ ਜੇ ਇੱਧੂ ਤੇ ਹੋਰ ਮੁਸਲਮਾਨ ਦੀ ਲੱਗਣੀ ਆਈ ਤੇ ਬਿਸਮਿਲਲਾ ਪੜ੍ਹੀ ਹੋਈ ਨਾਲ ਚਾਟ ਲੱਗਣੀ ਆਈ।
ਇਹ ਤਾਂ ਮੁੜ ਲਾ ਹੌਲਾ ਵਾਲਾ ਤੂੰ ਵੱਧ ਵੱਜਣੀ ਆਈ ਚਾਹ ਬਹਰਾਲ ਖੀਲ ਕੇ ਦਾਣੇ ਸਟਵਾਏ ਤੇ ਆਖਿਆ ਮੈਂ ਤੈਨੂੰ ਹੁਣ ਅੱਜ ਖੀਲ ਕੇ ਲੈ ਵਜਣਾ ਤੈਨੂੰ ਛੁੜੇਂਦਾ ਕੋਈ ਦੇ ਉਸੇ ਲੋਸ ਆਖਿਆ ਗੱਲ ਲਈ ਆ ਜਿੱਥੇ ਜੈ ਪੈਦਾ ਕੀਤਾ ਹੀ ਉਹਦਾ ਨਾ ਮਨ ਉਹ ਉੱਚੀ ਸਰਕਾਰ ਦਾ ਮੈਂ ਤੈਨੂੰ ਇੱਕ ਵਜ਼ੀਫਾ ਦੱਸੇ ਨਾ ਸਮਝਿਆ ਤੇ ਮੈਨੂੰ ਉਹਦੇ ਨਾਲ ਲੈ ਵੰਜ ਉਹ ਵਜ਼ੀਫਾ ਹੀ ਹੋ ਜਿਹਾ ਜੇ ਤੂੰ ਪੜਸੇ ਨਾ ਇੱਕ ਵਾਰੀ ਚਾਕ ਸੈਨਾ ਨਾ ਕੋਈ ਚੋਰ ਔਸੀਆ ਨੇੜੇ ਨਾ ਕੋਈ ਸ਼ੈਤਾਨ ਔਸੀਆ ਨਾ ਕੋਈ ਬੇਈਮਾਨ ਔਸੀਆ ਨਾ ਕੋਈ ਡਾਕੂ ਔਸੀਆ ਨਾ ਕੋਈ ਮੂਜ਼ੀਆ ਸੀਆ ਜ਼ੌਕੀ ਕੰਨਾਂ 'ਚ ਮਾਰ ਕੇ ਪਿਆ ਰਹੇ ਮੈਨੂੰ ਉਹਦੇ ਨਾਲ ਲੈ ਵਾਈ ਤੇ ਤੈਨੂੰ ਵਜ਼ੀਫਾ ਦੱਸੇ ਹਜ਼ਰਤ ਅਬੂ ਹੁਰੈਰਾ ਆਖਿਆ ਚੰਗਾ ਦੱਸ ਤਾਜੁਬ ਹੋਵੇ ਉਦੂ ਚੋਰ ਤੇ ਉਦੂ ਕੀ ਦੱਸੇਂਦਾ ਬੋਲੋ ਕਈ ਸਮਝ ਆਉਂਦੀ ਪਈ ਹੈ ਤੂੰ ਸਮਝੇ ਨਾ ਜਿਹੜੇ ਪੀਰ ਹੁੰਦੇ ਨੇ ਸਾਰੇ ਨੇਕ ਹੁੰਦੇ ਨਹੀਂ ਚੋਰੀ ਹੁੰਦੇ ਨੇ ਤੇ ਨਾਲ ਵਜ਼ੀਫੇ ਹੀ ਦੱਸ ਅਖੇ ਰਾਤ ਨੂੰ ਸਵਣ ਤੂੰ ਪਹਿਲੂ ਆਇਤ ਕੁਰਸੀ ਚ ਪੜ੍ਹੇ ਕਰ ਕਿ ਪੜ੍ਹੀ ਚਕਾਰ ਆਇਤ ਕੁਰਸੀ ਯਾ ਉਹ ਯਾਦ ਤਲ ਕੁਰਸੀ ਜਿਹੜੇ ਇਹ ਦਾ ਹਿੰਨ ਦਾ ਜੁਮਲੇ ਇਹ ਅੱਗੇ ਤੇਰੇ ਹਾਂ ਚ ਹਿੰਨ ਇਹ ਰੱਖ ਕੇ ਤੇ ਇਹ ਚ ਪੜਿਆ ਕਰ ਨਾ ਕੋਈ ਚੋਰ ਔਸੀਆ ਨਾ ਕੋਈ ਉਚੱਕਾ ਤੇ ਕਾਈ ਸ਼ਾਇ ਨਾ ਖੈਰ ਹਜ਼ਰਤ ਅਬੂ ਹੁਰੈਰਾ ਛੋੜ ਦਿੱਤਾ ਮੈਂ ਫੈਂਦਾ ਰਹਾ ਉੱਪਰ ਹਾਂ ਦਿਲ ਚ ਖਿਆਲ ਕੀਤਾ ਬਈ ਇਹਦੇ ਵਜ਼ੀਫੇ ਮੈਂ ਕਿਸੇ ਮੰਨਣੇ ਨੇ ਕਿਹਾ ਕੋਈ ਇਹ ਬੰਦਾ ਕੋਈ ਸ਼ਰੀਫ ਆਦਮੀ ਹੈ ਜਿਹਦੀ ਰਿਵਾਇਤ 'ਤੇ ਮੈਂ ਅਮਲ ਕਰਾਂ ਸੁਬੂ ਸਵੇਰੇ ਨਬੀ ਕਰੀਮ ਨੂੰ ਆਖਦ ਯਾ ਰਸੂਲਲਾ ਊਂ ਤਾਂ ਮੈਂ ਗੱਲ ਨਾ ਦੱਸਾਂ ਪਰ ਗੱਲ ਹੁਣ ਦੱਸੇ ਨਾ ਇੱਕ ਚੋਰ ਆਉਂਦਾ ਰਿਹਾ ਦੋ ਰਾਤੀ ਸਾਈਖੇੜ ਮੈਂ ਉਸਨੂੰ ਫਤਿਆ ਹੈ ਜਿਹਲੇ ਮੈਂ ਉਹਨੂੰ ਵਟਣਾ ਚਾੜਿਆ ਅਤੇ ਦੋ ਛੰਡੀਆਂ ਉਸ ਵੇਲੇ ਉਸ ਆਖਿਆ ਮੈਨੂੰ ਨਬੀ ਪਾਕ ਦੇ ਨਾ ਲਾਇ ਵੰਜ ਅਤੇ ਮੈਂ ਤੈਨੂੰ ਵਜ਼ੀਫਾ ਦੱਸੇ ਨਾ ਨਬੀ ਪਾਕ ਫਰਮਾਇਆ ਤੈਨੂੰ ਕਿਹੜਾ ਵਜ਼ੀਫਾ ਦੱਸ ਜਣੇ ਆਇਤ ਕੁਰਸੀ ਅਖੇ ਯਾਰ ਆਖਿਆ ਸੱਚ ਇਸਤਿਹਾਇਆ ਸ਼ੈਤਾਨ ਆਖਿਆ ਸੱਚ ਇਸਤਿਹਾਇਆ ਸੁਣੀ ਤਾਂ ਮੁਹੰਮਦ ਪਾਕ ਦੀ ਜ਼ਬਾਨ ਚ ਸ਼ੈਤਾਨ ਹੀ ਵਧਾ ਨਾ ਊਂ ਅਰਮਾਨ ਆਈ ਨਾ ਮਗਰ ਯਕੀਨ ਸ਼ੈਤਾਨ ਨੂੰ ਵੀ ਆਈ ਕਿ ਵਾਕਈ ਆਇਤ ਕੁਰਸੀ ਦਾ ਕਮਾਲ ਐਸਾ ਜੋ ਆ ਪਹਾ ਦਿੰਦੀ ਹੈ ਖਲੋ ਕੇ ਕਹੇ ਚੋਰ ਉਚੱਕੇ ਨੂੰ ਨੇੜੇ ਨਹੀਂ ਆਵਣ ਦਿੰਦੇ ਇਹ ਮੁਰਦਾ ਜੁਮਲੇ ਜਿਹੜੇ ਨੇ ਕਿਹੜਾ ਹੈ ਅੱਲਾਹ ਇਲਾਹਾ ਇਲਾਹੁ ਅਲ ਹਯੁਲ ਕਯੂਮ ਇੱਕ ਇੱਕ ਜੁਮਲਾ ਜਦਾ ਬੰਦਾ ਆਪਣੇ ਸੀਨੇ ਦੇ ਅੰਦਰ ਚ ਰੱਖੇ ਲਫਜ਼ਾਂ ਦਾ ਮਫਹੂਮ ਤੇ ਮਤਲਬ ਆ ਵਨੇ ਅੱਲਾ ਫਰਮਾਂਦਾ ਇੰਨੇ ਸਮਝੋ ਦਾ ਸੀਨਾ ਨੂਰ ਨਾਲ ਫਰੀ ਗਿਆ ਦੁਨੀਆ ਦੇ ਲਿਹਾਜ਼ ਨਾਲ ਵੀ ਸਲਾਮਤ ਰੱਖਸਾਂ ਉਸ ਬੰਦੇ ਨੂੰ ਦੀਨ ਦੇ ਲਿਹਾਜ਼ ਨਾਲ ਵੀ ਸਲਾਮਤ ਰੱਖਸਾਂ ਤੇ ਮੁਹੰਮਦ ਜਿਹੜੇ ਫੌਜ ਲੈ ਕੇ ਦਿਨ ਕਿਆਮਤ ਦੇ ਚੱਲਿਆ ਉਹਦੇ ਪਿੱਛੋਂ ਉਸ ਨੂੰ ਟੁਰਨ ਦੀ ਤੌਫੀਕ ਦੇ ਸਾਂ ਤੇ ਜਿਹੜੇ ਲਈ ਮੁਹੰਮਦ ਪਾਕ ਦੀ ਉਮਤ ਦੇ ਸਾਹਮਣੇ ਆਪਣਾ ਦੀਦਾਰ ਕਰਾਵਣਾ ਉਸ ਦੀਦਾਰ 'ਚ ਹੀ ਉਸਨੂੰ ਸ਼ਾਮਿਲ ਰੱਖਸਾਂ ਤੇ ਇਨਸ਼ਾ ਅੱਲਾ ਇਹਦਾ ਤਰਜਮਾ ਦਾ ਜੁਮਲਿਆਂ ਦਾ ਅੱਗਾ ਜ਼ਿੰਦਗੀ ਮੇਂ ਫਿਰ ਮਿਲੇਂਗੇ ਜਬ ਕਭੀ ਮੌਕਾ ਮਿਲਾ।